ਲਗਾਤਾਰ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਭਕਦੀ ਹੋਈ ਨਜ਼ਰ ਆ ਰਹੀ ਹੈ। ਲਗਾਤਾਰ ਲੀਡਰਾਂ ਵੱਲੋਂ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਹੀ ਬਿਕਰਮ ਮਜੀਠੀਆ ਵੱਲੋਂ ਵੀ ਆਪਣੇ ਪੇਜ ਦੇ ਉੱਤੇ ਇੱਕ ਮੈਸੇਜ ਪਾ ਕੇ ਸ਼ਬਦੀ ਵਾਰ ਭਗਤ ਮਾਨ ਤੇ ਕੀਤੇ ਗਏ। ਤੇ ਬੀਤੇ ਦਿਨੀ ਭਗਵੰਤ ਮਾਨ ਵੱਲੋਂ ਇੱਕ ਪ੍ਰੋਗਰਾਮ ਵਿੱਚ ਛੱਲਾ ਗਾਣਾ ਗਾਇਆ ਗਿਆ ਸੀ ਤੇ ਉਸੇ ਨੂੰ ਲੈ ਕੇ ਬਿਕਰਮ ਮਜੀਠੀਆ ਵੱਲੋਂ ਆਪਣੇ ਪੇਜ ਤੇ ਇੱਕ ਮੈਸੇਜ ਪਾ ਕੇ ਛੱਲੇ ਗਾਣੇ ਦਾ ਮਜ਼ਾਕ ਉਡਾਇਆ ਗਿਆ ਜੋ ਭਗਵੰਤ ਮਾਨ ਨੇ ਗਾਇਆ ਸੀ, ਜਿਸ ਵਿੱਚ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੋ ਬਿਕਰਮ ਮਜੀਠੀਆ ਨੇ ਆਪਣੇ ਪੇਜ ਦੇ ਉੱਤੇ ਬਿਆਨ ਦਿੱਤੇ ਨੇ ਤੇ ਪੜ੍ਹ ਕੇ ਦੱਸਦੇ ਨੇ ਕੀ ਨੇ ਸਾਰਾ ਉਸਦਾ ਮਾਮਲਾ। ਜੋ ਬਿਕਰਮ ਮਜੀਠੀਆ ਨੇ ਆਪਣੇ ਪੇਜ ਦੇ ਉੱਤੇ ਮੈਸੇਜ ਪਾ ਕੇ ਭਗਵੰਤ ਮਾਨ ਦਾ ਮਜ਼ਾਕ ਉਡਾਇਆ, ਉਸ ਵਿੱਚ ਲਿਖਿਆ ਗਿਆ ਹੈ, ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ, ਮਾਨ ਸਾਹਿਬ ਰੱਜ ਰੱਗ ਛੱਲੇ ਗਾਓ, ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇ ਵਾਅਦੇ ਕੀਤੇ ਉਹ ਸੜਕਾਂ 'ਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ। ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਗਿਆ ਜੋ ਵਾਅਦਾ ਕੀਤਾ ਸੀ। ਪੰਜਾਬ ਦੇ ਤਮਾਮ ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੇ ਬਦਲਾਵ ਦੀ ਸਰਕਾਰ ਦਾ ਸਤਾਵ ਹਟਾ ਰਹੇ ਨੇ। ਇਹ ਤਾਂ ਹਨ ਪੰਜਾਬ ਦੇ ਛੱਲੇ, ਹੁਣ ਆ ਤੁਹਾਡੇ ਛੱਲੇ, ਛੱਲਾ ਕਟਾਰੂ ਚੱਕ, ਛੱਲਾ ਬਲਕਾਰ ਸਿਓਂ, ਜੋ ਇਹਨਾਂ ਛੱਲਿਆਂ ਨੇ ਘਿਨੌਣੀਆਂ ਹਰਕਤਾਂ ਕੀਤੀਆਂ ਇਸ ਲਈ ਇਹਨਾਂ ਨੂੰ ਮਾਣ ਸਤਿਕਾਰ ਦੇ ਰਹੇ ਹੋ ਕੈਬਨਿਟ 'ਚ ਰੱਖ ਕੇ। ਜਦੋਂ ਰੋਮ ਜਲ ਰਿਹਾ ਸੀ ਤਾਂ ਹੀਰੋ ਬੰਸਰੀ ਵਜਾ ਰਿਹਾ ਸੀ ਅਤੇ ਜਦੋਂ ਪੰਜਾਬ 'ਚ ਫੇਰੇ ਅਜਾਰਕਤਾ ਫੈਲ ਗਈ ਤਾਂ ਭਗਵੰਤ ਮਾਨ ਛੱਲਾ ਗਾ ਰਿਹਾ ਸੀ। ਦੋਸਤੋ, ਲਗਾਤਾਰ ਬਿਕਰਮ ਮਜੀਠੀਆ ਵੱਲੋਂ ਉਹਨਾਂ ਉੱਤੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਛੱਲਿਆਂ ਦੀ ਗੱਲ ਕੀਤੀ ਗਈ ਜੋ ਭਗਵੰਤ ਮਾਨ ਨੇ ਵਾਅਦੇ ਕੀਤੇ ਸੀ ਕਿ ਅਸੀਂ ਉਹਨਾਂ ਨੂੰ ਪੱਕਾ ਕਰਾਂਗੇ, ਅਤੇ ਉਹ ਛੱਲੇ ਅੱਜ ਸੜਕਾਂ 'ਤੇ ਘੁੰਮ ਰਹੇ ਨੇ ਅਤੇ ਟੈਂਕੀਆਂ 'ਤੇ ਚੜ੍ਹੇ ਨੇ ਅਤੇ ਲਗਾਤਾਰ ਜਿਹੜਾ ਬਿਕਰਮ ਮਜੀਠੀਆ ਉਹਨਾਂ 'ਤੇ ਸ਼ਬਦੀ ਵਾਰ ਕਰ ਰਹੇ ਨੇ ਅਤੇ ਭਗਵੰਤ ਮਾਨ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਅੱਜ ਤੱਕ ਉਹ ਪੂਰੇ ਨਹੀਂ ਕੀਤੇ ਅਤੇ ਬਿਕਰਮ ਮਜੀਠੀਆ ਲਗਾਤਾਰ ਉਹਨਾਂ 'ਤੇ ਸ਼ਬਦੀ ਵਾਰ ਕਰ ਰਹੇ ਨੇ। ਦੋਸਤੋ, ਕੀ ਕਹਿਣਾ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।